ਅਮਰਨਾਥ ਧਾਮ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਪਹੁੰਚੇ ਨੇ। ਤਾਂ ਵੇਖ ਸਕਦੇ ਹੋ ਕਿਵੇਂ ਭੋਲੇ ਬਾਬਾ ਨੂੰ ਮਿਲਣ ਦੇ ਲਈ ਇਹ ਸ਼ਰਧਾਲੂ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗੇ ਨੇ। ਤੁਸੀਂ ਵੀ ਕਰੋ ਬਾਬਾ ਬਰਫਾਨੀ ਦੇ ਦਰਸ਼ਨ, ਜਿੱਥੇ ਹੁਣ ਵੱਡੀ ਗਿਣਤੀ 'ਚ ਸ਼ਰਧਾਲੂ ਉਤਸ਼ਾਹ ਦੇ ਨਾਲ ਪਹੁੰਚੇ ਨੇ। ਤਾਂ ਜਿੱਥੇ ਇਹ ਦੇਸ਼ ਦੁਨੀਆ ਤੋਂ ਦੂਰੋਂ ਦੂਰੋਂ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ, ਤਾਂ ਮੌਕੇ ਤੇ ਇਹਨਾਂ ਸ਼ਰਧਾਲੂਆਂ ਦੇ ਵੱਲੋਂ ਭੋਲੇ ਬਾਬਾ ਦੇ ਜੈਕਾਰੇ ਵੀ ਲਗਾਏ ਜਾਂਦੇ ਨੇ। ਤਾਂ ਵੇਖੋ ਇਹ ਖੂਬਸੂਰਤ ਤਸਵੀਰਾਂ ਜਿੱਥੇ ਅਮਰਨਾਥ ਧਾਮ ਦੇ ਲਈ ਇਹ ਸ਼ਰਧਾਲੂ ਰਵਾਨਾ ਹੋਏ ਨੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਪਹੁੰਚੇ ਨੇ। ਤਾਂ ਹਰ ਸਾਲ ਅਮਰਨਾਥ ਧਾਮ ਦੇ ਲਈ ਰਸਤਾ ਖੁੱਲ੍ਹਦਾ ਹੈ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਭੋਲੇ ਬਾਬਾ ਦੇ ਦਰਸ਼ਨ ਕਰਨ ਪਹੁੰਚੇ ਨੇ। ਤਾਂ ਹੁਣੇ ਉਹਨਾਂ ਦੇ ਉਤਸ਼ਾਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭੋਲੇ ਬਾਬਾ ਨੂੰ ਮਿਲਣ ਦੇ ਲਈ ਇਹ ਸ਼ਰਧਾਲੂ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗੇ ਹੋਏ ਨੇ। ਅਮਰਨਾਥ ਧਾਮ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਪਹੁੰਚੇ ਨੇ। ਤਾਂ ਵੇਖ ਸਕਦੇ ਹੋ ਕਿਵੇਂ ਭੋਲੇ ਬਾਬਾ ਨੂੰ ਮਿਲਣ ਦੇ ਲਈ ਇਹ ਸ਼ਰਧਾਲੂ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗੇ ਨੇ। ਤੁਸੀਂ ਵੀ ਕਰੋ ਬਾਬਾ ਬਰਫਾਨੀ ਦੇ ਦਰਸ਼ਨ, ਜਿੱਥੇ ਹੁਣ ਵੱਡੀ ਗਿਣਤੀ 'ਚ ਸ਼ਰਧਾਲੂ ਉਤਸ਼ਾਹ ਦੇ ਨਾਲ ਪਹੁੰਚੇ ਨੇ। ਤਾਂ ਜਿੱਥੇ ਇਹ ਦੇਸ਼ ਦੁਨੀਆ ਤੋਂ ਦੂਰੋਂ ਦੂਰੋਂ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ, ਤਾਂ ਮੌਕੇ ਤੇ ਇਹਨਾਂ ਸ਼ਰਧਾਲੂਆਂ ਦੇ ਵੱਲੋਂ ਭੋਲੇ ਬਾਬਾ ਦੇ ਜੈਕਾਰੇ ਵੀ ਲਗਾਏ ਜਾਂਦੇ ਨੇ। ਤਾਂ ਵੇਖੋ ਇਹ ਖੂਬਸੂਰਤ ਤਸਵੀਰਾਂ ਜਿੱਥੇ ਅਮਰਨਾਥ ਧਾਮ ਦੇ ਲਈ ਇਹ ਸ਼ਰਧਾਲੂ ਰਵਾਨਾ ਹੋਏ ਨੇ ਤੇ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਪਹੁੰਚੇ ਨੇ। ਤਾਂ ਹਰ ਸਾਲ ਅਮਰਨਾਥ ਧਾਮ ਦੇ ਲਈ ਰਸਤਾ ਖੁੱਲ੍ਹਦਾ ਹੈ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਭੋਲੇ ਬਾਬਾ ਦੇ ਦਰਸ਼ਨ ਕਰਨ ਪਹੁੰਚੇ ਨੇ। ਤਾਂ ਹੁਣੇ ਉਹਨਾਂ ਦੇ ਉਤਸ਼ਾਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭੋਲੇ ਬਾਬਾ ਨੂੰ ਮਿਲਣ ਦੇ ਲਈ ਇਹ ਸ਼ਰਧਾਲੂ ਲੰਮੀਆਂ ਲੰਮੀਆਂ ਲਾਈਨਾਂ 'ਚ ਲੱਗੇ ਹੋਏ ਨੇ।